ਅੱਜ ਅਸੀਂ ਇੱਥੇ ਬੱਸਾਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਜਿਹੜੇ ਟਰਾਂਸਪੋਰਟਰ ਨੇ ਉਹ ਕਹਿੰਦੇ ਵੀ ਅਸੀਂ ਮਹੀਨਾ ਦੇ ਕੇ ਬੱਸਾਂ ਚਲਾਉਣੇ, ਟੈਕਸ ਨਹੀਂ ਅਸੀਂ ਅਦਾ ਕਰਦੇ। ਉਹ ਕੇਸ ਦੀ ਇਨਕੁਆਇਰੀ ਤੁਹਾਨੂੰ ਦੇਣੀ ਆ ਵੀ ਜੇ ਕੋਈ ਦੋਸ਼ੀ ਉਹ 'ਚ ਮੁਲਾਜ਼ਮ ਆ ਉਹ ਮੁਲਾਜ਼ਮ 'ਤੇ ਕਾਰਵਾਈ ਹੋਵੇ, ਨਾਲ ਜਿਹੜੇ ਬੱਸਾਂ ਵਾਲੇ ਦੋਸ਼ੀ ਜਿਹੜੇ ਟੈਕਸ ਚੋਰੀ ਕਰਦੇ ਆ ਉਹਨਾਂ ਤੋਂ ਟੈਕਸ ਭਰਾਇਆ ਜਾਵੇ। ਕਿੱਥੋਂ ਸਾਡੀ ਜਿਹੜੀ ਟਰਾਂਸਪੋਰਟ ਉਹ ਵਜੂਗੀ? ਜਿਹੜਾ ਟਰਾਂਸਪੋਰਟ ਮਾਫੀਆ, ਇਹੋ ਹੀ ਟਰਾਂਸਪੋਰਟ ਮਾਫੀਆ, ਔਰ ਕਿਹੜਾ ਟਰਾਂਸਪੋਰਟ ਮਾਫੀਆ? ਕਿ ਤੁਸੀਂ ਕਿਹੜੇ ਮੁਲਾਜ਼ਮ ਦਾ ਨਾਂ ਲੈ ਰਹੇ ਜੇ? ਇੱਕ ਮਿੰਟ, ਕਿਹੜੀ ਪੋਸਟ ਤੇ ਜੇ ਤੁਸੀਂ? ਮੈਂ ਡਰਾਈਵਰ ਹਾਂ ਸਰ, ਆਰਟੀਐਮ ਡਰਾਈਵਰ। ਨਹੀਂ, ਤੁਸੀਂ ਕਿਹੜੇ ਮਹਿਕਮੇ ਜੀ? ਮੈਂ ਪੰਜਾਬ ਪੁਲਿਸ ਦੇ ਵਿੱਚ। ਕਿਹੜੇ ਰੈਂਕ ਤੇ? ਏਐਸਆਈ। ਏਐਸਆਈ, ਤੁਸੀਂ ਡੈਪੂਟੇਸ਼ਨ ਤੇ ਆਏ ਜੇ ਸਰ? ਇਹ ਇਸ ਰਮਨ ਕੁਮਾਰ ਦਾ ਨਾਂ ਲਿਆ ਰਿਹਾ ਜਾ ਰਿਹਾ, ਜਿੰਨੇ ਵੀ ਇੱਥੇ ਟਰਾਂਸਪੋਰਟਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਸਾਡੇ ਤੋਂ ਪਿਛਲੇ 5 ਸਾਲ ਰਿਸ਼ਵਤ ਲੈ ਕੇ ਅਤੇ ਸਾਡੀਆਂ ਟੈਕਸ ਚੋਰੀ ਗੱਡੀਆਂ ਚਲਵਾਉਂਦਾ ਰਿਹਾ, ਅਸੀਂ ਟੈਕਸ ਨਹੀਂ ਤਾਰਦੇ ਰਹੇ। ਜੋ ਵੀ ਦੋਸ਼ੀ ਪਾਇਆ ਗਿਆ ਪਹਿਲਾਂ ਤਾਂ ਜਿਨ੍ਹਾਂ ਨੇ ਟੈਕਸ ਚੋਰੀ ਕੀਤਾ ਉਹਨਾਂ ਨੂੰ ਦੱਸ ਦਿਆ ਕਿ ਉਹ ਟੈਕਸ ਤਾਰਨ ਸਾਰੇ ਦਾ ਸਾਰਾ, ਅਤੇ ਜੇ ਮੁਲਾਜ਼ਮ ਦੋਸ਼ੀ ਪਾਇਆ ਗਿਆ ਇਹਦੀ ਵਿਜੀਲੈਂਸ ਇਨਕੁਆਇਰੀ ਹੋਵੇਗੀ, ਇਹਦੀ ਜਾਇਦਾਦ ਦੀ ਜਿੰਨੀ ਵੀ ਜਾਇਦਾਦ ਬਣੀ ਹੋਵੇਗੀ ਉਹਦੀ ਵੀ ਇਨਕੁਆਇਰੀ ਹੋਵੇਗੀ, ਅਤੇ ਜੇ ਵਾਕਈ ਆਮਦਨ ਤੋਂ ਵੱਧ ਇਹਦੀ ਜਾਇਦਾਦ ਬਣੀ ਹੋਵੇਗੀ ਤਾਂ ਇਹਦੀ ਜਾਇਦਾਦ ਕੁਰਕ ਹੋਵੇਗੀ। ਇਹ ਪਹਿਲੀ ਸਰਕਾਰ ਨਹੀਂ ਕਿ ਜਿਹੜਾ ਦੋਸ਼ੀ ਉਹ ਬਾਜੇਗਾ, ਪੈਸੇ ਦੇ ਕੇ ਨਿਕਲ ਜਾਏਗਾ। ਇਹ ਵੇਖੋ, ਜੇ ਅਸੀਂ ਅੱਧੀ ਰਾਤ ਤੁਰੇ ਫਿਰਦੇ, ਸਾਨੂੰ ਪੰਜਾਬ ਦੇ ਲੋਕਾਂ ਨੇ ਆਸ ਨਾਲ ਵੋਟ ਪਾਈ ਆ ਕਿ ਸਿਸਟਮ ਚੇਂਜ ਹੋਵੇ। ਜਿਹੜਾ ਵੀ ਮੰਤਰੀ ਬਣਦਾ ਰਿਹਾ, MLA ਬਣਦਾ ਰਿਹਾ, ਉਹਨੇ ਮਹੀਨੇ ਪੱਤੀਆਂ ਸੈੱਟ ਕੀਤੀਆਂ ਇਹਨਾਂ ਰਵਾਇਤੀ ਪਾਰਟੀਆਂ ਵਾਲੇ ਨੇ। ਜੇ ਅਕਾਲੀ ਦਲ ਦੀ ਸਰਕਾਰ ਬਣੀ ਉਹਨਾਂ ਨੇ ਆ ਕੇ ਲੁੱਟਣਾ ਸ਼ੁਰੂ ਕਰਤਾ। ਜੇ ਪਿਛਲੀ ਕਾਂਗਰਸ ਦੀ ਸਰਕਾਰ ਆਈ ਸਿਰਫ ਪਬਲਿਸਿਟੀ ਕਰਦੇ ਰਹੇ, ਕਿਸੇ ਨੂੰ ਕੋਈ ਹੱਕ ਨਹੀਂ ਦਵਾਇਆ ਗਿਆ। ਸਾਡੀ ਜਿਹੜੀ ਟਰਾਂਸਪੋਰਟ ਆ ਉਹਨੂੰ ਦਿਨੋ ਦਿਨ ਲੁੱਟਣ ਅਤੇ ਕੁੱਟਣ ਵਾਲੇ ਧਿਆਨ ਕੀਤਾ ਇਹਨਾਂ ਨੇ। ਆਹ ਵੇਖਿਓ, ਹੁਣ ਇਹ ਕਾਰਵਾਈਆਂ ਹੋਣਗੀਆਂ, ਸਭ ਕੁਝ ਹੋਏਗਾ, ਵਿਜੀਲੈਂਸ ਨੂੰ ਇਨਕੁਆਇਰੀ ਦੇਵਾਂਗੇ। ਅਤੇ ਇੱਕ ਜਿੰਨੀਆਂ ਬੱਸਾਂ ਟੈਕਸ ਚੋਰੀ ਵਾਲੀਆਂ ਸਾਰਿਆਂ 'ਤੇ ਕਾਰਵਾਈ ਹੋਵੇਗੀ, ਨਹੀਂ ਤਾਂ ਸਵੇਰ ਤੋਂ ਇਹ ਆਪਦੇ ਟੈਕਸ ਤਾਰ ਦੇਣੇ। ਇਹਨਾਂ ਨੂੰ ਚੇਤਾਵਨੀ ਆ, ਜਿੰਨੀਆਂ ਵੀ ਬੱਸਾਂ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ। ਚੋਰ ਮੋਰੀਆਂ ਬੰਦ ਹੋਣਗੀਆਂ। ਅੱਜ ਜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੈਕਿੰਗ ਹੋਈ ਆ ਅਤੇ ਕੱਲ੍ਹ ਨੂੰ ਬਠਿੰਡੇ, ਪਟਿਆਲੇ ਸਾਰੇ ਸ਼ਹਿਰਾਂ ਦੇ ਵਿੱਚ ਚੈਕਿੰਗ ਕਰਾਂਗੇ। ਭਾਵੇਂ ਬੱਸਾਂ ਹੁਣ ਸਾਬਕਾ ਮੁੱਖ ਮੰਤਰੀ ਦੀਆਂ, ਸਾਬਕਾ ਮੰਤਰੀ ਦੀਆਂ, ਸਾਬਕਾ MLA ਦੀਆਂ, ਕਿਉਂਕਿ ਇਹਨਾਂ ਦੀਆਂ ਸਰਕਾਰਾਂ ਰਹੀਆਂ, ਇਹਨਾਂ ਆਪੇ ਕਾਨੂੰਨ ਬਣਾਏ, ਆਪੇ ਆਪਦੇ ਹੱਕ 'ਚ ਕਾਨੂੰਨ ਬਣਾ ਲਏ। ਉਹ ਕਾਨੂੰਨ ਹੈ, ਇਮਾਨਦਾਰ ਸਰਕਾਰ ਬਣੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਮਾਨਦਾਰ ਸਰਕਾਰ ਆ। ਅਤੇ ਜਿਹੜੇ ਪਿਛਲੇ ਕਾਨੂੰਨ ਆ ਨਾ, ਜਿਹੜੇ ਛਿੱਕੇ 'ਤੇ ਟੰਗ ਕੇ ਕਾਨੂੰਨਾਂ ਨੂੰ ਤਾਂ ਦੁਰਵਰਤੋਂ ਕਰਦੇ ਰਹੇ, ਉਹ ਸਾਰਾ ਕੁਝ ਬੰਦ ਹੋਵੇਗਾ। ਉੱਤੋਂ ਲੈ ਕੇ ਥੱਲੇ ਤੱਕ ਪਰਤਾਂ ਖੁੱਲਣਗੀਆਂ, ਇਹ ਕੌਣ ਕੌਣ ਦੋਸ਼ੀ ਆ, ਸਾਰੀਆਂ ਪਰਤਾਂ ਖੁੱਲਣਗੀਆਂ। ਮੈਂ ਖੁਦ ਕਹਿੰਦਿਆਂ ਵੀ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਰਲੀਆਂ, ਅੱਜ ਪਹਿਲੇ ਦਿਨ ਹੀ ਚੈੱਕ ਕਰਨਾ ਆ ਅਤੇ ਰੌਲਾ ਪੈ ਗਿਆ। ਇਹ ਟਰਾਂਸਪੋਰਟਰ ਕਹਿਣ ਲੱਗ ਪਏ ਵੀ ਅਸੀਂ ਪੈਸੇ ਦਿੰਦੇ ਇਹਨਾਂ ਨੂੰ ਤਾਂ ਫਿਰ ਸਾਡੀਆਂ ਬੱਸਾਂ ਚੱਲਦੀਆਂ, ਅਸੀਂ ਟੈਕਸ ਨਹੀਂ ਤਾਰਦੇ। ਅਤੇ ਜੇ ਵੇਖੋ, ਇੰਨੇ ਬੇਖੌਫ ਹੋ ਕੇ ਟਰਾਂਸਪੋਰਟਰ ਅਤੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਸਰਕਾਰ ਦਾ ਖਜ਼ਾਨਾ ਚੋਰੀ ਕਰ ਰਹੇ ਆ। ਵੇਖੋ ਕਿਹੜਾ ਸਮਾਂ ਚੱਲ ਰਿਹਾ, ਕਿਹੜਾ ਯੁੱਗ ਚੱਲ ਰਿਹਾ ਅਤੇ ਕੀ ਕੁਝ ਇਹ ਕਰ ਰਹੇ ਆ। ਬਿਲਕੁਲ ਕਾਰਵਾਈ ਹੋਏਗੀ, ਜੋ ਵੀ ਦੋਸ਼ੀ ਪਾਇਆ ਜਾਵੇਗਾ ਹਰੇਕ ਤੇ ਕਾਰਵਾਈ ਹੋਵੇਗੀ।